ਪੰਜਾਬ ਦੇ ਨਵੇਂ ਬਣੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਜਿੱਥੇ ਆਮ ਜਨਤਾ ਦੇ ਵਿੱਚ ਵਿਚਰ ਰਹੇ ਨੇ ਉੱਥੇ ਹੀ ਉਹ ਆਪਣੇ ਸਾਥੀ ਵਿਧਾਇਕਾਂ ਦੇ ਨਾਲ ਵੀ ਮੁਲਾਕਾਤ ਕਰ ਰਹੇ ਨੇ ਚਰਨਜੀਤ ਸਿੰਘ ਚੰਨੀ ਗਿੱਦਲਵਾਹਾ ਤੋਂ ਵਿਧਾਇਕ ਰਾਜਾ ਵੜਿੰਗ ਦੇ ਘਰ ਬੀਤੇ ਦਿਨ ਪਹੁੰਚੇ ਸਨ ਜਿੱਥੇ ਵੜਿੰਗ ਦੇ ਪਰਿਵਾਰ ਵੱਲੋਂ ਉਹਨਾਂ ਦਾ ਤਹਿ ਦਿਲੋਂ ਸਵਾਗਤ ਕੀਤਾ ਗਿਆ ਇਸ ਮੌਕੇ ਰਾਜਾ ਵੜਿੰਗ ਦੀ ਪਤਨੀ ਅਮਰਤਾ ਵੜਿੰਗ ਅਤੇ ਉਹਨਾਂ ਦੇ ਬੱਚੇ ਵੀ ਚਰਨਜੀਤ ਸਿੰਘ ਚੰਨੀ ਨਾਲ ਮਿਲੇ ਇਸ ਮੌਕੇ ਰਾਜਾ ਵੜਿੰਗ ਨੇ ਚੰਨੀ ਦੇ ਬਚਪਨ ਦੇ ਕਈ ਕਿੱਸੇ ਬਿਆਨ ਕੀਤੇ ਅਤੇ ਨਾਲ ਹੀ ਕਾਂਗਰਸ ਹਾਈ ਕਮਾਂਡ ਦਾ ਧੰਨਵਾਦ ਕੀਤਾ ਕਿ ਸਾਡੀ ਪਾਰਟੀ ਊਚ ਨੀਚ ਤੋਂ ਬਹੁਤ ਉੱਪਰ ਸਾਰੇ ਮੇਰੇ ਸਤਕਾਰਯੋਗ ਭਰਾਵਾਂ ਨੂੰ ਵਧਾਈ ਦੇਣੀ ਚਾਹਨਾ ਹੈ ਕਿ ਪੰਜਾਬ ਦੇ ਅੰਦਰ ਕਾਂਗਰਸ ਪਾਰਟੀ ਨੇ اور ਸ਼੍ਰੀ ਰਾਹੁਲ ਗਾਂਧੀ ਔਰ ਸੋਨੀਆ ਗਾਂਧੀ ਜੀ ਨੇ ਇੱਕ ਨਵੀਂ ਰਵਾਇਤ ਪਾਈ ਹੈ ਔਰ ਇੱਕ ਇਤਿਹਾਸਿਕ ਫੈਸਲਾ ਪੰਜਾਬ ਦੇ ਲੋਕਾਂ ਵਾਸਤੇ ਕੀਤਾ ਹੈ ਚਰਨਜੀਤ ਸਿੰਘ ਚੰਨੀ ਨੂੰ ਪੰਜਾਬ ਦਾ ਮੁੱਖ ਮੰਤਰੀ ਐਲਾਨ ਕੇ ਇਹ ਗੱਲ ਸਿੱਧ ਕਰ ਦਿੰਦੀ ਹੈ ਕਿ ਕਾਂਗਰਸ ਪਾਰਟੀ ਨੇ ਹਮੇਸ਼ਾ ਹਮੇਸ਼ਾ ਦੱਬਿਆਂ ਦੀ ਮਿੱਧਿਆਂ ਦੀ ਕੁਚਲਿਆਂ ਦੀ ਸੋ ਚੰਨੀ ਸਾਹਿਬ ਤੁਹਾਨੂੰ ਲੱਖ ਲੱਖ ਮੁਬਾਰਕਾਂ ਔਰ ਅੱਜ ਚੰਨੀ ਸਾਹਿਬ ਦਾ ਕੋਈ ਤੋੜ ਨਹੀਂ ਰਹਿ ਗਿਆ ਕਿਸੇ ਕੋਲੇ ਔਰ ਕੱਲ ਜਦੋਂ ਮੈਂ ਚੰਨੀ ਸਾਹਿਬ ਨੂੰ ਸੁਣਿਆ ਤੇ ਚੰਨੀ ਸਾਹਿਬ ਮੈਂ ਪ੍ਰੈਸ ਕਾਨਫਰੰਸ ਉਹਨਾਂ ਦੇ ਨਾਲ ਬੈਠਾ ਸੀ ਭਾਵਕ ਹੋ ਕੇ ਦੱਸ ਰਹੇ ਸਨ ਕਿ ਮੇਰੀ ਮਾਂ ਟੋਪੇ ਚੋਂ ਮਿੱਟੀ ਲੈ ਕੇ ਆਉਂਦੀ ਸੀ ਤੇ ਮੈਂ ਔਰੇ ਨਾਲ ਜਾਇਆ ਕਰਦਾ ਸੀ ਤੇ ਫਿਰ ਤੂੜੀ ਮਲਾ ਕੇ ਅਸੀਂ ਮਾਂ ਪੁੱਤ ਘਰੇ ਪੋਚਾ ਮਾਰਿਆ ਕਰਦੇ ਸੀ ਗਾਰੇ ਦਾ ਪੋਚਾ ਯਾਨੀ ਕਿ ਫਰਸ਼ ਪੁਰਾਣੇ ਜ਼ਮਾਨਿਆਂ ਚ ਗਰੀਬ ਜਿਹੜੇ ਲੋਕ ਸੀ ਆਮ ਵੀ ਲੋਕ ਇਹ ਕਰਿਆ ਕਰਦੇ ਸਨ ਫਿਰ ਕਹਿੰਦੇ ਕਿ ਮੇਰੇ ਬਾਪ ਦਾ ਟੈਂਟ ਹਾਊਸ ਸੀਗਾ ਤੇ ਮੈਂ ਰਿਕਸ਼ੇ ਤੇ ਕੁਰਸੀਆਂ ਛੱਡ ਕੇ ਔਰ ਲੈ ਕੇ ਆਉਣ ਦਾ ਕੰਮ ਕਰਿਆ ਕਰਦਾ ਸੀ ਤੇ ਮੈਨੂੰ ਮੈਂ ਸਧਾਰਨ ਵਿਅਕਤੀ ਨੂੰ ਪੰਜਾਬ ਦਾ ਮੁੱਖ ਮੰਤਰੀ ਬਣਾ ਦਿੱਤਾ ਮੈਂ ਇਹ ਕਦੇ ਕਲਪਨਾ ਵੀ ਨਹੀਂ ਕਰ ਸਕਦਾ ਇਹ ਉਹ ਕਾਂਗਰਸ ਪਾਰਟੀ ਹੈ ਉਹ ਰਾਹੁਲ ਗਾਂਧੀ ਔਰ ਸ਼੍ਰੀਮਤੀ ਸੋਨੀਆ ਗਾਂਧੀ ਜੀ ਹੈ